ਮੇਰਾ ਤਾਂ ਛੱਡਿਆ ਹੀ ਨਹੀਂ ਬੋਲਣ ਜੋਗਾ ਜੀ, ਮੈਂ ਦੱਸ ਕੀ ਕਰਾਂ ਜੀ, ਮੈਂ ਤਾਂ ਬਰਬਾਦ ਹੋ ਗਿਆ ਜੀ, ਮੈਂ ਕਿਹਦੇ ਰੋਵਾਂ ਜਾ ਕੇ ਜੀ, ਕੋਈ ਸੁਣਵਾਈ ਨਹੀਂ ਹੈਗੀ ਜੀ। ਪਹਿਲਾਂ ਵੀ 5 ਦਿਨ ਪਹਿਲਾਂ ਵੀ ਗਏ ਸੀ ਜੀ ਪੁਲਿਸ ਪ੍ਰਸ਼ਾਸਨ ਲਵੇ, ਕੋਈ ਸੁਣਵਾਈ ਨਹੀਂ ਹੋ ਗਈ। 3 ਦਿਨਾਂ ਬਾਅਦ ਫਿਰ ਮੇਰੀ ਦੁਕਾਨ 'ਤੇ ਸਾਰੀ ਦੁਕਾਨ ਖਾਲੀ ਕਰਕੇ ਲੈ ਗਏ ਜੀ। ਲਓ ਜੀ, ਮੈਂ ਤਾਂ ਬਰਬਾਦ ਹੋ ਗਿਆ ਜੀ, ਮੇਰੀ ਕੋਈ ਸੁਣਵਾਈ ਨਹੀਂ ਹੈਗੀ। ਮੈਂ ਤਾਂ ਜੀ ਇੰਨਾ ਸਮਾਨ ਲੈ ਕੇ ਆਇਆ ਤੇ ਹੁਣ ਮੈਂ ਦੱਸੋ ਕੀ ਵਪਾਰੀ ਮੇਰਾ ਗਲ ਪੱਟ ਲੈਣਗੇ, ਖਾ ਜਾਣਗੇ। ਮੈਂ ਤਾਂ ਜੀ ਹੁਣ ਐਂ ਲਾ ਲਓ, ਬਸ ਜਾਂ ਤਾਂ ਮੈਂ ਕੁਛ ਕਰ ਲੂੰਗਾ, ਜ਼ਿੰਮੇਵਾਰ ਸਰਕਾਰ ਹੋਊਗੀ ਬਸ ਜੀ। ਮੇਰਾ ਬੁਰਾ ਹਾਲ ਆ, ਲੱਕਾ ਵੀ ਕੱਪੜੇ ਲੈ ਜਾਓ, ਲੈ ਤਾਰ ਕੇ ਮੇਰੇ ਲਓ ਜੀ, ਆ ਵੀ ਲੈ ਜਾਓ, ਜਿਹਨੂੰ ਜ਼ਰੂਰਤ ਆ ਮੈਨੂੰ ਕੋਈ ਲੋੜ ਨਹੀਂ, ਮੈਂ ਤਾਂ ਨੰਗਾ ਭਖਿਆਰੀ ਹੋ ਗਿਆ, ਭਖਿਆਰੀ ਹੋ ਰਹਿ ਗਿਆ ਜੀ। ਲੈ ਜਾਓ ਜੀ ਜਿਹੜਾ ਲੈ ਕੇ ਜਾਣਾ ਜੀ, ਮੇਰੇ ਕੱਪੜੇ ਲੈ ਜਾਓ ਜੀ। ਮੈਂ ਤਾਂ ਬਹੁਤ ਬੁਰਾ ਹਾਲ ਹੋ ਗਿਆ ਜੀ, ਮੈਂ ਨਹੀਂ ਦੁਕਾਨਦਾਰੀਆਂ ਕਰਨੀ ਆ, ਮੈਂ ਕਰਦਾ ਹੀ ਨਹੀਂ ਹੈਗਾ ਜੀ, ਮੇਰੇ ਜੋ ਮਰਜ਼ੀ ਮੇਰੀ ਦੁਕਾਨਦਾਰੀ ਦਬਾਓ ਜੀ, ਮੈਂ ਨਹੀਂ ਪਤਾ ਮੇਰਾ ਮਾਲ ਮੂਲ ਦਬਾਓ, ਮੈਂ ਤਾਂ ਕਰਦਾ ਹੀ ਨਹੀਂ ਹੈਗਾ ਦੁਕਾਨਦਾਰੀ ਜੀ, ਮੈਂ ਨਹੀਂ ਕਰਦਾ ਜੀ। ਮੈਂ ਕਿਤੇ ਨਹੀਂ, ਮੈਂ ਤਾਂ ਮੈਨੂੰ ਮਾਰ ਦਿਓ ਤੁਸੀਂ ਬਸ, ਚੋਰਾਂ ਨੇ ਤਾਂ ਮੈਨੂੰ ਮਾਰੇ ਦਿੱਤਾ ਏ, ਕੋਈ ਮੇਰੇ ਸੁਣਵਾਈ ਨਹੀਂ ਹੋ ਰਹੀ ਜੀ, ਮੈਂ ਕੁਛ ਵੀ ਨਹੀਂ ਕਰ ਸਕਦਾ ਜਾ ਕੇ ਦੇਖਿਆ ਕੀ। ਮੈਂ ਜੀ ਬਹੁਤ ਦੇ, ਮੇਰਾ ਦੁਕਾਨ ਦਾ ਸ਼ੀਸ਼ਾ ਭੰਨਿਆ ਪਿਆ, ਸ਼ਟਰ ਪਾੜਿਆ ਪਿਆ, ਮਾਲ ਖਾਲੀ ਪਈ ਆ ਦੁਕਾਨਦਾਰੀ ਜੀ। ਕਿੰਨੇ ਦਾ ਸਮਾਨ ਸੀ ਟੋਟਲ? ਮੈਂ ਕਹਿੰਦਾ ਜੀ ਕੀ ਲਾਵਾਂ ਸਾਹਿਬ, ਸਾਰੀ ਖਾਲੀ ਪਈ ਆ, ਕੀ ਮੈਂ ਬਸ ਐ ਲਾ ਲਓ, ਬੰਦਾ ਉੱਜੜ ਗਿਆ ਜੀ ਬਸ ਜੀ। ਪਰ ਬੰਦੇ ਦਾ ਜੋ ਐ ਲਾ ਲਓ, ਜਿਵੇਂ ਕਿਸੇ ਦਾ ਪਿਓ ਮਰ ਗਿਆ ਜਾਂ ਕਿਸੇ ਦਾ ਪੁੱਤ ਮਰ ਗਿਆ, ਮੇਰਾ ਤਾਂ ਮਰ ਗਿਆ ਜੀ, ਸਾਰੇ ਉਹੀ ਹੁੰਦੇ ਆ। ਕਿਸਾਨ ਦੀ ਜ਼ਮੀਨ ਹੁੰਦੀ ਆ, ਕਿਸਾਨ ਜਿਵੇਂ ਪਰੇਸ਼ਾਨ ਨੇ, ਹੁਣ ਦੁਕਾਨਦਾਰ ਪਰੇਸ਼ਾਨ ਨੇ। ਸਰ ਜੀ, ਅਸੀਂ ਪ੍ਰਸ਼ਾਸਨ ਨੂੰ ਵੀ ਕਈ ਵਾਰ ਜਾਣੂ ਕਰਾ ਚੁੱਕੇ ਹਾਂ, ਸਾਡੇ ਡੇਲੀ ਮਤਲਬ ਇੱਕ ਦਿਨ ਛੱਡ ਕੇ ਚੋਰੀ ਹੁੰਦੀ ਆ। ਕਿਹੜੇ ਏਰੀਏ 'ਚ? ਇਹ ਬੋਰਾ ਗੇਟ ਜੀ। ਕਿੰਨੇ ਕੁ ਦਿਨ ਹੋ ਗਏ? ਮਤਲਬ 4-5 ਦਿਨ ਹੋ ਗਏ ਜੀ, ਅਸੀਂ ਜੋ ਪ੍ਰਸ਼ਾਸਨ ਨੂੰ ਰੋਜ਼ ਦੱਸ ਕੇ ਆਉਂਦੇ ਹਾਂ ਅਤੇ ਇੱਕ ਦਿਨ ਛੱਡ ਕੇ ਸ਼ਟਰ ਟੁੱਟ ਜਾਂਦਾ ਜੀ। ਅੱਜ ਰਾਣਾ ਗਾਰਮੈਂਟਸ ਆ, ਉਹਦੀ ਵਿਚਾਰੇ ਦੀ ਚੋਰੀ ਹੋਈ ਆ, ਉਹ ਵਿਚਾਰਾ ਪਿੰਡੋਂ ਕੰਮ ਛੱਡ ਕੇ ਇੱਥੇ ਆਇਆ ਵੀ ਚੰਗੇ ਕੰਮ ਦੀ ਤਲਾਸ਼ ਲਈ, ਅਤੇ ਉਹਦਾ ਬਾਪ ਉਹਨੂੰ ਬਾਹਰ ਭੇਜਣਾ ਚਾਹੁੰਦੀ, ਉਹ ਬਾਹਰ ਨਹੀਂ ਗਿਆ, ਕਹਿੰਦਾ ਮੈਂ ਇੱਥੇ ਹੀ ਕੰਮ ਕਰਨਾ ਹੈਗਾ। ਉਹ ਵਿਚਾਰਾ ਲੁੱਟ ਗਿਆ, ਦੱਸੋ ਹੁਣ ਉਹ ਵਿਚਾਰਾ ਕਰਜ਼ਾ ਚੱਕ ਕੇ ਉਰੇ ਆਇਆ ਸੀਗਾ। ਕਿੰਨੇ ਦੀ ਚੋਰੀ ਹੋਈ? ਉਹਦਾ ਕਾਫੀ ਨੁਕਸਾਨ ਹੋਇਆ, ਉਹ ਐਸਟੀਮੇਟ ਲਾ ਰਹੇ ਨੇ। ਕੈਮਰੇ 'ਚ ਵੀ ਆ ਰਿਹਾ ਉਹ, ਅਸੀਂ ਪ੍ਰਸ਼ਾਸਨ ਨੂੰ ਬਕਾਇਦਾ ਉਹਨਾਂ ਦੀ ਵੀਡੀਓ ਕਲਿੱਪ ਵੀ ਦੇ ਕੇ ਆਇਆ। ਇਸ ਤੋਂ ਪਹਿਲਾਂ ਕਿੱਥੇ ਕਿੱਥੇ ਚੋਰੀ ਹੋਈ? ਇੱਕ ਤਾਂ ਜੀ ਭੂਸ਼ਣ ਜਨਰਲ ਸਟੋਰ ਦੇ ਹੋਈ ਆ, ਚੱਕੀ 'ਤੇ ਹੋਈ ਆ, ਅਤੇ ਉੱਧਰ ਇੱਕ ਮੋਬਾਈਲ ਦੁਕਾਨ 'ਤੇ, ਮਨੈਰੀ ਦੁਕਾਨ 'ਤੇ। ਮਤਲਬ ਸਾਨੂੰ 11ਵਾਂ ਸ਼ਟਰ ਪੱਟਿਆ ਗਿਆ ਜੀ। ਹੈ ਹੁਣ ਮੰਗ ਕਰਦੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਪ੍ਰਸ਼ਾਸਨ ਨੇ ਜੀ, ਉਹਨੂੰ ਗ੍ਰਿਫਤਾਰ ਕੀਤਾ ਜਾਵੇ, ਇਹਨਾਂ ਦਾ ਵਿਚਾਰਿਆਂ ਦਾ ਜਿਹੜਾ ਬਣਦਾ ਮੁਆਵਜ਼ਾ ਜਿਹੜਾ ਬਰਾਮਦੀ ਕਰਾਈ ਜਾਵੇ। ਅਸੀਂ ਇਹ ਦੇਖਦੇ ਹਾਂ ਸ਼ਹਿਰ ਦੇ ਵਿੱਚ ਰੋਜ਼ ਗੁੰਡਾਗਰਦੀ ਔਰ ਸ਼ਹਿਰ ਨੂੰ ਲੁੱਟਣ ਵਾਸਤੇ ਇੱਥੇ ਗੁੰਡੇ ਛੱਡੇ ਹੋਏ ਨੇ, ਪੁਲਿਸ ਵਾਲਿਆਂ ਨੇ ਛੱਡੇ ਪਏ ਨੇ। ਜੇ ਇਹਨਾਂ ਨੂੰ ਜਾ ਕੇ ਅਸੀਂ ਦੱਸਦੇ ਹਾਂ ਵੀ ਫਲਾਣਾ ਬੰਦਾ ਫੜ ਲਿਆ, ਫਲਾਣਾ ਫੜ ਲਿਆ, ਇਹਨਾਂ ਦੇ ਨਾਲ ਕੋਈ ਸੁਣਾਈ ਨਹੀਂ ਸਾਡੇ ਲੋਕਾਂ ਦੀ, ਅਤੇ ਸ਼ਹਿਰ ਦੇ ਕਦੇ ਕੋਈ ਚੈਨੀ ਲੈ ਜਾਂਦਾ ਖੋ ਕੇ, ਕੋਈ ਮੋਬਾਈਲ ਲੈ ਜਾਂਦਾ ਗਰੀਬ ਆਦਮੀ ਦਾ, ਆਹ ਸਾਰਾ ਬੋਰਾ ਗੇਟ ਤਪਿਆ ਪਿਆ ਵਿਚਾਰਾ, ਜਿਹਨਾਂ ਦੀਆਂ ਰੋਜ਼ ਇੱਕ ਨਾ ਇੱਕ ਦੁਕਾਨ ਜਿਹੜੀ ਰੋਜ਼ ਹੀ ਰੋਜ਼ ਟੁੱਟ ਰਹੀ ਹੈ, ਕੋਈ ਸੁਣਾਈ ਨਹੀਂ, ਕੋਈ ਲੈਣਾ ਨਹੀਂ, ਕੁਝ ਦੇਣਾ ਨਹੀਂ। ਚੋਰ ਤੁਹਾਨੇ ਵੀ ਦੇਖਿਆ ਸੀਸੀਟੀਵੀ 'ਚ ਆ ਰਿਹਾ ਸੀ, ਅਜੇ ਗ੍ਰਿਫਤਾਰ ਹੀ ਨਹੀਂ ਕਰਾਉਣੀ? ਨਹੀਂ ਜੀ, ਇਹਦੇ ਘਰੇ ਰੇਡ ਕੀਤਾ ਗਿਆ ਸੀ, ਘਰੇ ਰਹਿੰਦਾ ਨਹੀਂ, ਇਹਦੀ ਮਾਂ ਹੈ ਇਕੱਲੀ, ਠੀਕ ਹੈ ਜੀ, ਬਾਕੀ ਇਹਦੇ ਫੇਰ ਬਾਊਟ ਬਾਰੇ ਅਸੀਂ ਸੋਰਸਸ ਲਾਏ ਹੋਏ ਨੇ, ਜਲਦੀ ਗ੍ਰਿਫਤਾਰ ਕਰਨਾ। ਇਹ ਉਹੀ ਬੰਦਾ ਜਿਹਨੇ ਪਹਿਲਾਂ? ਕਹਿ ਨਹੀਂ ਸਕਦੇ। ਰਾਤ ਕੋਈ ਸ਼ਟਰ ਤੋੜ ਕੇ ਕੋਸ਼ਿਸ਼ ਕੀਤੀ ਗਈ ਹੈ, ਪੁਲਿਸ ਪਾਰਟੀ ਆ ਗਈ ਸੀਗੀ, ਭੱਜ ਗਿਆ ਉਹ, ਹੱਥ ਸਾਡੇ ਕਾਬੂ ਨਹੀਂ ਆਇਆ ਜਿਹੜਾ ਬੰਦਾ ਸੀਗਾ, ਕਾਰਵਾਈ ਅਸੀਂ ਕਰ ਰਹੇ ਹਾਂ। ਹੁਣ ਇਹਨਾਂ ਨੂੰ ਕੀ ਆਸ਼ਵਾਸਨ ਦਿੱਤਾ ਜਿਹੜਾ? ਪੂਰਾ ਜੀ ਇਹਨਾਂ ਦੀ ਪੂਰੀ ਰੱਖਿਆ ਕਰਾਂਗੇ ਅਸੀਂ, ਵਾਧਾ ਕਰਾਂਗੇ ਆਪਣੀ, ਜੀ ਉਹਨੂੰ ਅਰੈਸਟ ਕਰਾਂਗੇ।